RG24 न्यूज़ ते तुहाडा स्वागत है दोस्तों। अज अं तुहानू लैके आए हैं पिंड गालू खुरद जिथे गुरद्वारा साहब की सेवा वास्ते अपील की जानी है। आओ आप गल करते हैं गुरद्वारा साहब के प्रधान साहब और पिंड वासियों नाल। ਹੋਰ ਚੈਨਲ ਵਾਲਿਆਂ ਦਾ ਧੰਨਵਾਦ ਜੋ ਅੱਜ ਸਾਡੇ ਪਿੰਡ ਗਾਲੂਖੁਰਦ ਦੇ ਵਿੱਚ ਪਹੁੰਚੇ ਹਨ। ਪ੍ਰਧਾਨ ਸਾਹਿਬ ਤੁਸੀਂ ਗੁਰਦੁਆਰਾ ਸਾਹਿਬ ਦੀ ਸੇਵਾ ਵਾਸਤੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਅਤੇ ਪਿੰਡ ਵਾਸੀਆਂ ਨੂੰ ਕੀ ਅਪੀਲ ਕਰਨੀ ਚਾਹੁੰਦੇ? ਦੇਖੋ ਜੀ, ਇਹ ਸਮੇਂ ਦੀ ਮੁੱਖ ਲੋੜ ਸੀ ਜੋ ਆਪਣੇ ਗੁਰਦੁਆਰਾ ਸਾਹਿਬ ਵਿਖੇ ਲੰਗਰ ਹਾਲ ਆ ਦੀ ਜੋ ਅਸੀਂ ਇਮਾਰਤ ਖੜ੍ਹੀ ਕੀਤੀ ਸੀ ਉਹ ਹੁਣ ਇਸ ਵਕਤ ਉਸਦੀ ਤਿਆਰੀ ਕਰਨੀ ਆ, ਖਰਚ ਲੱਗਣਾ, ਉੱਪਰ ਪੱਖੇ ਫਿਟਿੰਗ ਦਾ ਸਾਰਾ ਕੁਛ ਕਰਨਾ। ਅਸੀਂ ਐੱਨ ਆਰ ਆਈ ਵੀਰਾਂ ਨੂੰ ਅਤੇ ਨਗਰ ਨਿਵਾਸੀਆਂ 'ਚੋਂ ਜਿੰਨੇ ਵੀ ਐੱਨ ਆਰ ਆਈ ਵੀਰ ਬਾਹਰ ਗਏ ਆ ਉਹਨਾਂ ਨੂੰ ਅਪੀਲ ਕਰਦੇ ਹਾਂ ਬਈ ਹੁਣ ਲੋਕਡਾਊਨ ਥੋੜ੍ਹੀ ਜਿਹੀ ਟੈਟਮੱਟ ਹੋਈ ਆ, ਇਸ ਕਰਕੇ ਲੋਕਡਾਊਨ ਦਾ ਕਰਕੇ ਮਿਸਤਰੀ ਬੰਦ ਸੀ, ਹੁਣ ਅਸੀਂ ਦੁਬਾਰਾ ਤੋਂ ਫਿਰ ਕੰਮ ਚਲਾਉਣਾ। ਇਸ ਲਈ ਐੱਨ ਆਰ ਆਈ ਵੀਰਾਂ ਨੂੰ ਜਿਵੇਂ ਪਹਿਲਾਂ ਜਦੋਂ ਇਹ ਲੰਗਰ ਹਾਲ ਦੀ ਤਿਆਰੀ ਕਰਨ ਲੱਗੇ ਸੀ ਐੱਨ ਆਰ ਆਈ ਵੀਰਾਂ ਨੇ ਬਹੁਤ ਜ਼ਿਆਦਾ ਸਾਨੂੰ ਸਹਿਯੋਗ ਦਿੱਤਾ, ਉਸੇ ਤਿਖਾਈ ਹੁਣ ਵੀ ਅਸੀਂ ਅਪੀਲ ਕਰਦੇ ਹਾਂ ਵੀ ਜਦੋਂ ਇਹਦੀ ਤਿਆਰੀ ਕਰਕੇ ਕਰਨ ਲਈ ਜੋ ਫਰਸ਼ ਲਾਉਣਾ, ਪੱਥਰ ਲਾਉਣਾ, ਉੱਪਰ ਫਿਟਿੰਗ ਹੋਣੀ ਆ, ਕੰਮ ਬਹੁਤ ਜ਼ਿਆਦਾ ਅਧੂਰਾ ਪਿਆ ਹਜੇ। ਇਹ ਸਾਡੇ ਨਗਰ ਨਿਵਾਸੀ ਜਾਂ ਕਿਸਾਨ ਵੀਰਾਂ ਦੇ ਵੱਸ ਦੀ ਗੱਲ ਹੈ ਨਹੀਂ ਜੀ, ਇਹ ਐੱਨ ਆਰ ਆਈ ਵੀਰਾਂ ਦੇ ਵੱਸ ਦੀ ਗੱਲ ਹੀ ਆ। ਐੱਨ ਆਰ ਆਈ ਵੀਰ ਸਾਨੂੰ ਸਹਿਯੋਗ ਦੇਣ, ਅਸੀਂ ਅਪੀਲ ਕਰਦੇ ਹਾਂ ਵੀ ਜਿਸ ਤਰ੍ਹਾਂ ਪਹਿਲਾਂ ਉਹਨਾਂ ਨੇ ਸਾਨੂੰ ਸਹਿਯੋਗ ਦਿੱਤਾ ਉਸੇ ਤਰ੍ਹਾਂ ਹੀ ਹੁਣ ਵੀ ਸਾਨੂੰ ਇਹ ਸਹਿਯੋਗ ਦੇਣ। ਕਿੰਨੇ ਟਾਈਮ ਤੋਂ ਕੰਮ ਰੁਕਿਆ ਪਿਆ ਜੀ ਇਹ ਲੰਗਰ ਹਾਲ ਦਾ? ਇਹ ਜੀ 22 ਮਾਰਚ ਵਾਲੇ ਦਿਨ ਜਦੋਂ ਲੋਕਡਾਊਨ ਲੱਗਾ ਉਸ ਦਿਨ ਇੱਥੇ ਪ੍ਰਸ਼ਾਸਨ ਆਇਆ ਸੀ, ਉਹ ਸਾਨੂੰ ਰੋਕ ਗਿਆ, ਉਹ ਕਹਿੰਦੇ ਵੀ ਇਕੱਠ ਨਹੀਂ ਕਰਨਾ ਅਤੇ ਤੁਸੀਂ ਇਹਦਾ ਕੰਮ ਰੋਕ ਲਓ, ਜਦੋਂ ਸਾਨੂੰ ਖੁੱਲ ਮਿਲੀ ਜਦੋਂ ਇਹ ਲੋਕਡਾਊਨ ਖੁੱਲ੍ਹਿਆ ਉਦੋਂ ਚਲਾਇਓ ਤੁਸੀਂ, ਉਦੋਂ ਦਾ ਇਹ ਦੋਸਤੋ। ਜਿਵੇਂ ਪ੍ਰਧਾਨ ਸਾਹਿਬ ਨੇ ਆਪਾਂ ਨੂੰ ਦੱਸਿਆ ਕਿ ਲੰਗਰ ਹਾਲ ਦੀ ਇਮਾਰਤ ਵਾਸਤੇ ਐੱਨ ਆਰ ਆਈ ਵੀਰਾਂ ਦੇ ਸਹਿਯੋਗ ਦੀ ਜ਼ਿਆਦਾ ਜ਼ਰੂਰਤ ਆ, ਆਪਾਂ ਪਿੰਡ ਵਾਸੀਆਂ ਦੇ ਬਿਆਨ ਜਾਣਦੇ ਹਾਂ, ਪਿੰਡ ਵਾਸੀ ਕੀ ਕਹਿੰਦੇ ਆ ਇਸ ਬਾਰੇ? ਹਜੇ ਪ੍ਰਧਾਨ ਸਾਹਿਬ ਨੇ ਹੁਣ ਇਹ ਦੱਸਿਆ ਜੀ ਐੱਨ ਆਰ ਆਈ ਵੀਰਾਂ ਦੀ ਜ਼ਿਆਦਾ ਲੋੜ ਆ ਸਹਿਯੋਗ ਦੀ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਉਹ ਬਿਲਕੁਲ ਸੱਚ ਕਿਹਾ ਪ੍ਰਧਾਨ ਸਾਹਿਬ ਨੇ ਵੀ ਸਾਨੂੰ ਗੁਰਦੁਆਰੇ ਦੀ ਇਮਾਰਤ ਦੇ ਲਈ ਐੱਨ ਆਰ ਆਈ ਵੀਰਾਂ ਦੀ ਲੋੜ ਆ, ਕਿਉਂਕਿ ਉਹਨਾਂ ਦੇ ਨਾਲ ਹੀ ਜੋ ਕੰਮ ਹੁੰਦੇ ਆ ਪਿੰਡ 'ਚ ਉਹਨਾਂ ਦੇ ਨਾਲ ਹੀ ਹੁੰਦੇ ਆ, ਕਿਉਂਕਿ ਕਿਸਾਨ ਵੀਰਾਂ ਤਾਂ ਇੰਨਾ ਨਹੀਂ ਕੁਛ ਕਰ ਸਕਦੇ। ਇਸ ਲਈ ਐੱਨ ਆਰ ਆਈ ਵੀਰਾਂ ਨੂੰ ਅਪੀਲ ਆ ਕਿ ਵੱਧ ਤੋਂ ਵੱਧ ਸਾਨੂੰ ਸਹਿਯੋਗ ਕਰਨ, ਕਿਉਂਕਿ ਗੁਰਦੁਆਰਾ ਸਾਹਿਬ ਦਾ ਕੰਮ ਛੇਤੀ ਤੋਂ ਛੇਤੀ ਨਿਬੜ ਸਕੇ। ਅਸੀਂ ਪ੍ਰਧਾਨ ਸਾਹਿਬ ਦੇ ਨਾਲ ਹਾਂ, ਜਿਹੜੀ ਵੀ ਗੱਲ ਉਹਨਾਂ ਨੇ ਕਹੀ ਆ ਉਹ ਸਹੀ ਆ। ਐੱਨ ਆਰ ਆਈ ਵੀਰਾਂ ਇੱਕ ਬੇਨਤੀ ਆ, ਸੁਣ ਕੇ ਭਾਈ ਵੱਡਾ ਸਹਿਯੋਗ ਦਿਓ, ਇਸ ਕਰਕੇ ਗੁਰਦੁਆਰੇ ਦੀ ਇਮਾਰਤ ਉੱਚੀ ਹੋਵੇ। ਲੰਗਰ ਹਾਲ ਦੀ ਇਮਾਰਤ ਵਾਸਤੇ ਐੱਨ ਆਰ ਆਈ ਵੀਰਾਂ ਦੇ ਸਹਿਯੋਗ ਦੀ ਲੋੜ ਆ, ਐੱਨ ਆਰ ਆਈ ਵੀਰਾਂ ਦੇ ਖਾਸ ਸਹਿਯੋਗ ਦੀ ਲੋੜ ਆ, ਕਿਉਂਕਿ ਜੋ ਬਿਲਡਿੰਗ ਐੱਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਹੀ ਸਿਰੇ ਚੜੂਗੀ। ਜਿਹੜੀ ਗੁਰਦੁਆਰੇ ਦੀ ਬਿਲਡਿੰਗ ਆ ਬਹੁਤ ਹੀ ਮਾੜੀ ਹੋ ਚੁੱਕੀ, ਉਹ ਪਾਣੀ ਵੜਦਾ ਗੁਰਦੁਆਰੇ ਦੇ ਅੰਦਰ, ਸਾਰੇ ਪਿੰਡ ਨੂੰ ਪਤਾ, ਤਾਂ ਕਰਕੇ ਉੱਚੀ ਕਰਨ ਦੀ ਮੌਕੇ ਨੂੰ ਦਿੱਤਾ, ਤਾਂ ਕਰਕੇ ਸਹਿਯੋਗ ਦੀ ਬਹੁਤ ਹੀ ਬਹੁਤ ਲੋੜ। ਆਰ ਜੀ 24 ਨਿਊਜ਼ ਦੇ ਨਾਲ ਜੁੜੇ ਜੀ, ਤੁਹਾਡਾ ਤਹਿ ਦਿਲੋਂ ਧੰਨਵਾਦ, ਦੇਖਦੇ ਰਹੋ ਆਰ ਜੀ ਨਿਊਜ਼ ਲਾਡੀ ਕਾਲ ਦੇ ਨਾਲ।